ਮੇਰੀ ਗੱਲ ਆਰਾਮ ਨਾਲ ਸੁਣ ਲਓ ਕਾਜੂ ਨੂੰ ਕਢਾਓ ਜੀ 1 ਮਿੰਟ ਗੱਲ ਸੁਣ ਲਓ ਮੇਰੀ 1 ਮਿੰਟ ਤੇਰੀ ਗੱਲ ਸੁਣ ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਮੇਰੇ ਵੀਰਾਂ ਹੋ ਭਰਾਵਾਂ ਹੋ ਅਜ਼ੀਜ਼ਾਂ ਹੋ ਦੋਸਤਾਂ ਹੋ ਤੁਹਾਡੇ ਸਨੀ ਜਿਹੜੀ ਹੋਈ ਹੈ ਇਹ ਵਾਰਦਾਤ ਹੋਈ ਹੈ ਸਾਡੇ ਨਾਲ ਹੋਈ ਹੈ ਇਨਸ਼ਾਅੱਲਾ ਤੁਸੀਂ ਬੜੇ ਪਰਮਨ ਰਵੋ ਪਰ ਸਕੂਨ ਰਵੋ ਇੰਜ ਆਪਣਾ ਜਲਸਿਆਂ ਜਨੂਸਾਂ ਦੇ ਵਿੱਚ ਤਫਤੀਸ਼ਾਂ ਜਿਹੜੀਆਂ ਨੂੰ ਨਾ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਵੇਂ ਹੁਣ ਪੈਦਾ ਹੋ ਜਿਵੇਂ ਹੁਣ ਪੈਦਾ ਹੁੰਦੀ ਹੈ ਨਾ ਜਾਂਦੇ ਬੋਲਦੇ ਕੀ ਹੁੰਦਾ ਬੜ ਆ ਕੀ ਸਮਝ ਇਹ ਆਪਣਾ ਦਾਨਿਸ਼ਮੰਦਾਨਾ ਇਹ ਕਦਮ ਨਹੀਂ ਜਿਹੜਾ ਤੁਸੀਂ ਕਰਦੇ ਹੋ ਮੰਗਰੇ ਤੇ ਨਾਰੇ ਤੇ ਇਹ ਤਬੋ ਸਾਨ ਤੁਸੀਂ ਟਾਈਮ ਦਿਓ ਬੰਦੇ ਸੇਖੂ ਸਾਹਿਬ ਕਹਿ ਰਹੇ ਨੇ ਮੈਂ 6 ਬੰਦੇ ਫੜ ਲੈ ਮੈਂ ਬੀਬੀ ਵੀ ਫੜ ਕੇ ਲੈ ਆਂਦੀ ਏ ਮਨ ਵੀ ਗਏ ਤੁਸੀਂ ਟਾਈਮ ਦਿਓ ਸਨ ਅੱਜ ਮਨ ਵੀ ਗਏ ਸਾਰੇ ਤੇ ਅੱਜ ਸ਼ਾਮ ਤੱਕ ਇਨਸ਼ਾਅੱਲਾ ਕਲੀਅਰ ਹੋਵਾ ਗਿਆ ਤੇ ਇਸ ਚੌਕ ਦੇ ਵਿੱਚ ਮੂੰਹ ਕਾਲਾ ਕਰਕੇ ਉਹਨਾਂ ਲਿੱਤਰ ਮਾਰੇ ਜਾਣੇ ਮੀਆਂ ਸ਼ਾਹ ਸਾਹਿਬ ਹੁਣ ਤੁਸੀਂ ਬੜੇ ਪੂਰਮਨ ਤਰੀਕੇ ਨਾਲ ਪੁੱਤਰ ਆਪਣੇ ਘਰੋਂ ਘਰੀ ਜਾਓ ਆਪਣੇ ਕੰਮ